हेलो SGTB स्टूडेंट्स, डियर स्टूडेंट्स, आम सुषमा योर पंजाबी टीचर। प्यारे बच्चों, असी पंजाबी दे अंदर पाठ 7 कर चुके हाँ। आज असी करांगे पाठ 8 एंड्रोक्लीज। ए एक नौकर दा नाम है जिसनू पशु पंछी बहुत प्यार करते ने, ठीक है। इसकी एक कहानी है, ठीक है। प्यारे बच्चों, इस पाठ नू असी 3 भाग दे अंदर पढ़ांगे। आज असी शुरू करते हाँ पहला भाग। कि क्या है, पशु होवे जा पंछी, जेड़ा उन्हां दी रक्षा करता है उसनू ओ चंगी तरह पहचानते हैं। इसकी एक कहानी इस तरह है। प्यारे बच्चों, ध्यान नाल सुनना ते समझना। ये कहानियां जो ने सानू सिर्फ पढ़निया ही नहीं, सानू समझनिया ते अपने जीवन विच भी उतारनिया चाहिदिया ने कि सानू सारयां दे नाल प्यार दे नाल रहना चाहिदा है, ठीक है। आओ पढ़ते हाँ। बहुत पुराने समय की गल है, रोम ना दा एक शहर सी। पहाड़ा ते बसे इस शहर विच एक बहुत बड़ा व्यापारी रहिंदा सी। किसी रोम ना दा एक शहर सी, पहाड़ा ते बसे इस शहर विच एक बहुत बड़ा व्यापारी रहिंदा सी। उसने अपने काम करन लई एक नौकर खरीदया होया सी, ठीक है। उत्थे की नौकर खरीदे जांदे ने रोम शहर विच। उन्हां दिनां विच आदमी खरीदी ਅਤੇ ਵੇਚੇ ਜਾਂਦੇ ਸਨ। ਖਰੀਦਿਆ ਹੋਇਆ ਆਦਮੀ ਜੀਵਨ ਭਰ ਆਪਣੇ ਮਾਲਕ ਦੀ ਗੁਲਾਮੀ ਕਰਦਾ ਹੈ। ਵੱਡੇ ਵਪਾਰੀ ਨੇ ਜਿਸ ਆਦਮੀ ਨੂੰ ਖਰੀਦਿਆ ਸੀ ਉਸਦਾ ਨਾਂ ਐਂਡਰੋਕਲੀਜ਼ ਸੀ। ਕੀ ਨਾਂ ਸੀ ਉਸਦਾ? ਐਂਡਰੋਕਲੀਜ਼ ਸੀ। ਐਂਡਰੋਕਲੀਜ਼ ਬਹੁਤ ਮਿਹਨਤੀ ਅਤੇ ਇਮਾਨਦਾਰ ਸੀ, ਠੀਕ ਹੈ। ਕਿ ਕਿਹਾ ਹੈ ਕਿ ਰੋਮ ਨਾਂ ਦਾ ਇੱਕ ਸ਼ਹਿਰ ਸੀ, ਪਹਾੜਾਂ 'ਤੇ ਬਸੇ ਇਸ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਵਪਾਰੀ ਰਹਿੰਦਾ ਸੀ। ਉਸਨੇ ਆਪਣੇ ਕੰਮ ਕਰਨ ਲਈ ਇੱਕ ਨੌਕਰ ਖਰੀਦਿਆ ਸੀ, ਅਤੇ ਜੋ ਨੌਕਰ ਖਰੀਦ ਲੈਂਦੇ ਸੀ ਉਹ ਨੌਕਰ ਹਮੇਸ਼ਾ ਆਪਣੇ ਮਾਲਕ ਦਾ ਗੁਲਾਮ ਬਣ ਕੇ ਰਹਿੰਦਾ ਸੀ। ਅਤੇ ਰੋਮ ਨਾਮ ਦੇ ਵਪਾਰੀ ਨੇ ਨੌਕਰ ਖਰੀਦਿਆ, ਉਸਦਾ ਨਾਂ ਕੀ ਸੀ? ਐਂਡਰੋਕਲੀਜ਼। ਕੁਝ ਦਿਨਾਂ ਪਿੱਛੋਂ ਵਪਾਰੀ ਅਫਰੀਕਾ ਗਿਆ ਤਾਂ ਐਂਡਰੋਕਲੀਜ਼ ਨੂੰ ਵੀ ਆਪਣੇ ਨਾਲ ਲੈ ਗਿਆ। ਅਫਰੀਕਾ ਵਿੱਚ ਵੀ ਐਂਡਰੋਕਲੀਜ਼ ਵਪਾਰੀ ਦੇ ਹਰ ਕੰਮ ਨੂੰ ਪੂਰੀ ਮਿਹਨਤ ਇਮਾਨਦਾਰੀ ਨਾਲ ਕਰਦਾ ਰਿਹਾ। ਪਰ ਵਪਾਰੀ ਇੰਨਾ ਕਠੋਰ ਅਤੇ ਨਿਰਦਈ ਸੀ, ਨਿਰਦਈ ਮਤਲਬ ਜ਼ੁਲਮ ਮਟਾਉਂਦਾ ਸੀ, ਪਰ ਵਪਾਰੀ ਇੰਨਾ ਕਠੋਰ ਅਤੇ ਨਿਰਦਈ ਸੀ ਕਿ ਐਂਡਰੋਕਲੀਜ਼ ਨੂੰ ਉਹ ਢਿੱਡ ਭਰ ਕੇ ਭੋਜਨ ਵੀ ਨਾ ਦਿੰਦਾ ਅਤੇ ਛੋਟੀ ਛੋਟੀ ਗਲਤੀਆਂ 'ਤੇ ਕੋਈ ਨਾ ਉਸ ਨਾਲ ਉਸਨੂੰ ਮਾਰਦਾ ਰਹਿੰਦਾ, ਕੋੜਿਆਂ ਨਾਲ ਉਸਨੂੰ ਮਾਰਦਾ। ਛੋਟੀ ਛੋਟੀ ਗਲਤੀਆਂ 'ਤੇ ਕੀ ਕਰਦਾ ਸੀ? ਕੋੜਿਆਂ ਨਾਲ ਉਸਨੂੰ ਮਾਰਦਾ ਸੀ। ਦੇਖੋ, ਕੋੜਿਆਂ ਨਾਲ। ਵਿਚਾਰਾ ਐਂਡਰੋਕਲੀਜ਼ ਬਹੁਤ ਦਿਨਾਂ ਤੱਕ ਵਪਾਰੀ ਦੀਆਂ ਸਖਤ ਸਜ਼ਾਵਾਂ ਸਹਿੰਦਾ ਰਿਹਾ, ਪਰ ਇੱਕ ਰਾਤ ਭੁੱਖ ਅਤੇ ਕੋੜਿਆਂ ਦੀ ਮਾਰ ਤੋਂ ਤੰਗ ਆ ਕੇ ਐਂਡਰੋਕਲੀਜ਼ ਨੱਸ ਗਿਆ, ਠੀਕ ਹੈ। ਪਿਆਰੇ ਬੱਚੋ, ਕੌਣ ਸੀ? ਰੋਮ ਦਾ ਇੱਕ ਵਪਾਰੀ ਸੀ, ਨੌਕਰ ਖਰੀਦਿਆ ਸੀ, ਜਿਸਦਾ ਨਾਮ ਐਂਡਰੋਕਲੀਜ਼ ਸੀ, ਠੀਕ ਹੈ। ਪਰ ਐਂਡਰੋਕਲੀਜ਼ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਸੀ, ਅਤੇ ਮਾਲਕ ਕੀ ਕਰਦਾ? ਉਸਦੇ ਛੋਟੀ ਛੋਟੀ ਗਲਤੀਆਂ 'ਤੇ ਕੋੜੇ ਮਾਰਿਆ ਕਰਦਾ, ਉਸਨੂੰ ਖਾਣ ਨੂੰ ਖਾਣਾ ਨਹੀਂ ਦਿੰਦਾ, ਢਿੱਡ ਭਰ ਕੇ ਖਾਣ ਨਹੀਂ ਦਿੰਦਾ, ਠੀਕ ਹੈ। ਪਿਆਰੇ ਬੱਚੋ, ਇੱਥੋਂ ਤੱਕ ਇਹ ਤੁਸੀਂ ਪਾਠ ਪੜ੍ਹੋ, ਸਮਝੋ ਅਤੇ ਯਾਦ ਕਰੋ, ਠੀਕ ਹੈ। ਪਿਆਰੇ ਬੱਚੋ, ਧੰਨਵਾਦ।